ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉੱਥੇ ਹੀ ਵਿਰੋਧ ਦਾ ਸਾਹਮਣਾ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਭਾ ਦੀ ਏਕਤਾ ਕਲੋਨੀ ਵਿੱਚ ਆਪ ਪਾਰਟੀ ਨਾਭਾ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨਦਾ ਕਲੋਨੀ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਵੱਲੋਂ ਕਲੋਨੀ ਦਾ ਵਿਕਾਸ ਕਰਵਾਇਆ ਗਿਆ ਉੱਥੇ ਹੀ ਦੇਵ ਮਾਨ ਵੱਲੋਂ ਵਿਕਾਸ ਨੂੰ ਰੋਕਿਆ ਜਾ ਰਿਹਾ ਹੈ ਜਿਸ ਦੇ ਤਹਿਤ ਉਹਨਾਂ ਨੇ ਵਿਰੋਧ ਕੀਤਾ ਵਿਰੋਧ ਹੁੰਦਾ ਵੇਖ ਕੇ ਮਾਨ ਉੱਥੋਂ ਚਲੇ ਗਏ। ਸਹਾਈ ਹੋਏ ਹੋ, ਮੈਂ ਬਹੁਤ ਧੰਨਵਾਦ ਹਾਂ ਤੁਹਾਡਾ। ਇਹ ਕਾਰਨ ਹੈ ਜੀ ਇੱਥੇ ਦਾ ਵੀ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਨੇ ਇੱਥੇ ਕੰਮ ਸ਼ੁਰੂ ਕਰਵਾਇਆ ਸੀਗਾ। ਤਕਰੀਬਨ 40-45 ਸਾਲ ਦੇ ਕਲੋਨੀਆਂ ਨਰਕ ਭੋਗ ਰਹੀਆਂ ਨੇ, ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਕਿੱਦਾਂ ਗੰਦ ਭਰਿਆ ਪਿਆ। ਡੇਂਗੂ ਸਾਰਿਆਂ ਨਾਲੋਂ ਜ਼ਿਆਦਾ ਇੱਥੇ ਹੁੰਦਾ ਜੀ, ਸਾਹ ਦੀ ਬਿਮਾਰੀ ਇੱਥੇ ਹੁੰਦੀ ਆ, ਮਲੇਰੀਆ ਇੱਥੇ ਹੁੰਦਾ, ਟਾਈਫਾਇਡ ਇੱਥੇ ਹੁੰਦਾ, ਕਿਉਂਕਿ ਗੰਦਗੀ ਭਰਿਆ ਇਲਾਕਾ ਸੀ, ਨਰਕ ਭੋਗ ਦਾ ਇਲਾਕਾ ਸੀ। ਇਹਦੇ ਵਿੱਚ ਸਾਧੂ ਸਿੰਘ ਦੀ ਰਹਿਮ ਨੂੰ ਆਈ ਹੇਠ ਉਹਨਾਂ ਨੇ ਇਹ ਕੰਮ ਸ਼ੁਰੂ ਕਰਵਾਇਆ ਵੀ ਕਲੋਨੀਆਂ ਦਾ ਮੈਂ ਨਰਕ ਕੱਢ ਕੇ ਹਟੂੰਗਾ, ਸ਼ਹਿਰ ਦੇ ਨਾਲ ਜੋੜ ਕੇ ਫਿਰ ਮੈਂ ਸਾਹ ਲਊਂਗਾ, ਵੀ ਨਾਭੇ ਸ਼ਹਿਰ ਨੂੰ ਇੱਕ ਨਾਗਰੀ ਦੇ ਤੌਰ 'ਤੇ ਬਣਾਊਂਗਾ ਜਿੱਦਾਂ ਪਹਿਲਾਂ ਸੀ। ਲੇਕਿਨ ਇਹਦੇ ਵਿੱਚ ਕੀ ਜਦੋਂ ਕੰਮ ਸ਼ੁਰੂ ਹੋਇਆ ਤਕਰੀਬਨ 50% ਕੰਮ ਹੋ ਗਿਆ ਤਾਂ ਦੇਵ ਮਾਨ ਜੀ ਨੇ ਉਹਦੀ ਪਾਰਟੀ ਵਾਲੇ ਬੰਦਿਆਂ ਨੇ ਉਹਦਾ ਸਾਰਿਆਂ ਨੇ ਇਹ ਰਿੱਟ ਪਾ ਤੀ ਵੀ ਇੱਥੇ ਟੈਂਡਰ ਪਾਸ ਨਹੀਂ ਕਰਾਇਆ ਗਿਆ। ਲੇਕਿਨ ਸਾਧੂ ਸਿੰਘ ਧਰਮਸੋਧ ਨੇ ਵੋਟਾਂ ਲੈਣ ਦੇ ਮਾਰੇ ਨੇ ਵੀ ਆਪਣੇ ਆਪ ਇਹ ਕੰਮ ਸ਼ੁਰੂ ਕਰਵਾ ਤਾ, ਵੀ ਤੂੰ ਦੱਸ ਘਰੋਂ ਪੈਸੇ ਦੇਣੇ ਨੇ, ਗੌਰਮੈਂਟ ਨੇ ਪੈਸੇ ਦੇਣੇ ਨੇ, ਕੰਮ ਗੌਰਮੈਂਟ ਕਰਾ ਰਹੀ ਹੈ। ਦੇਵ ਮਾਨ ਹੈ ਆਮ ਆਦਮੀ ਪਾਰਟੀ ਦੇ, ਜਿਹੜਾ ਕਿ ਇੱਥੇ ਦਾ ਹਲਕਾ ਇੰਚਾਰਜ ਲਾਇਆ ਹੋਇਆ। ਉਸ ਤੋਂ ਬਾਅਦ ਜੀ ਦੁਬਾਰੇ ਸਾਧੂ ਸਿੰਘ ਧਰਮਸੋਧ ਜੀ ਨੇ ਸ਼ੁਰੂ ਕਰਵਾਇਆ ਇਹ ਕੰਮ, ਉਹ ਤੋਂ ਬਾਅਦ ਫਿਰ ਪੰਗਾ ਲਾਤਾ। ਹੁਣ ਤਕਰੀਬਨ 15 ਦਿਨ ਹੋ ਗਏ ਨੇ ਕੰਮ ਬੰਦ ਹੋਏ ਨੂੰ। ਇਸ ਕਰਕੇ ਦੇਵ ਮਾਨ ਜੀ ਨੂੰ ਅਸੀਂ ਪਹਿਲਾਂ ਵੀ ਪਰਸੋਂ ਵੀ ਕਿਹਾ ਸੀ ਵੀ ਪਰਸੋਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਇੱਥੇ ਧਰਨਾ ਦਊਂਗਾ, ਭੁੱਖ ਹੜਤਾਲ 'ਤੇ ਬੈਠੂੰਗਾ। ਲੇਕਿਨ ਕੱਲ੍ਹ ਮੈਂ ਆਪਣੇ ਬੰਦਿਆਂ ਨਾਲ ਫਾਟਕ 'ਤੇ ਗਿਆ, 40 ਨੰਬਰ ਫਾਟਕ 'ਤੇ, ਉੱਥੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਸੀ ਨਹੀਂ ਸੀ, ਨਾ ਦੇਵ ਮਾਨ ਸੀ। ਜਦੋਂ ਉੱਥੇ ਉਹਨਾਂ ਦੇ ਬੰਦਿਆਂ ਨੂੰ ਪੁੱਛਿਆ ਭਾਈ ਕਿੱਥੇ ਆ ਦੇਵ ਮਾਨ, ਕੱਲ੍ਹ ਵਾਅਦਾ ਕਰਕੇ ਗਿਆ ਸੀ ਵੀ ਅੱਜ ਬੈਠੂੰਗਾ, ਬਸ ਸਾਰੇ ਤਿੱਤਰ ਮਿੱਤਰ ਵਾਲੀਆਂ ਗੱਲਾਂ ਗੋਲ ਮੋਲ ਕਰਨ ਲੱਗ ਗਏ। ਇਸ ਕਰਕੇ ਦੇਵ ਮਾਨ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹੋ ਜਿਹਾ ਕੰਮ ਕਰਨਾ ਛੱਡ ਦਿਓ, ਨਹੀਂ ਤਾਂ ਅਸੀਂ ਕਲੋਨੀ ਵਾਲੇ ਜਿੰਨਾ ਵਿਰੋਧ ਕਰ ਸਕਾਂਗੇ ਉਹਨਾਂ ਤੇਰਾ ਵਿਰੋਧ ਡਟ ਕੇ ਕਰਾਂਗੇ। ਇੱਕ ਇਹ ਗੱਲ ਕਹਿੰਦੇ ਜੀ, ਸਾਨੂੰ ਇਹ ਸੁਣਵਾਈ ਹੋਈ ਆ ਵੀ ਆਮ ਪਾਰਟੀ ਨੇ ਵੀ ਇਹ ਪਰੂਫਡ ਨਹੀਂ ਹੈਗੀਆਂ ਕਲੋਨੀਆਂ, ਉਹ ਕਹਿੰਦੇ ਨੇ ਵੀ ਅਸੀਂ ਰੋਕ ਲਾਈ ਆ। ਅਸੀਂ ਇਹ ਕਹਿੰਦੇ ਜੀ 2 ਵਾਰ ਸਾਡਾ ਬਿੱਲ ਪਾਸ ਹੋ ਚੁੱਕਿਆ ਉੱਥੋਂ, ਫਿਰ ਵੀ ਸਾਡਾ ਸੀਵਰੇਜ ਪਿਆ, ਇਹ 3ਵੀ ਵਾਰ ਸਾਡਾ ਰੋਕਿਆ ਗਿਆ ਕੰਮ। ਦੇਵ ਮਾਨ ਨਾਲ ਸਾਡਾ ਝਗੜਾ ਵੀ ਹੋਇਆ, ਉੱਥੇ ਸਾਡੇ ਬੰਦਿਆਂ ਦੇ ਵਿਰੁੱਧ ਵੀ ਬੋਲਿਆ ਉਹ ਵੀ ਮੈਂ ਧਰਮਸੋਤ ਨੂੰ ਸਜ਼ਾ ਕਰਵਾ ਦੂੰਗਾ ਵੀ ਐਂ ਕਰਾ ਦੂੰ, ਫਲਾਣਾ ਕਰਾ ਦੂੰਗਾ, ਵੀ ਉਹ ਠੱਗ ਹੈ ਅਤੇ ਚੋਰ ਹੈ। ਅਸੀਂ ਨਹੀਂ ਕਹਿੰਦੇ ਵੀ ਉਹ ਠੱਗ ਚੋਰ ਹੈ, ਸਾਡੇ ਲਈ ਤਾਂ ਉਹ ਰੱਬ ਹੈ ਜੋ ਸਾਡਾ ਸੀਵਰੇਜ ਦਾ ਕੰਮ ਉਹਨਾਂ ਨੇ ਚਲਾਇਆ। ਅਸੀਂ ਤਾਂ ਇਹ ਕਹਿੰਦੇ ਹਾਂ ਜੀ, ਅਸੀਂ ਉਹਨਾਂ ਦਾ ਇੰਨਾ ਧੰਨਵਾਦ ਕਰਦੇ ਹਾਂ, ਅਸੀਂ ਤਾਂ ਨਰਕ 'ਚ ਬੈਠੇ ਜੀ ਇੱਥੇ ਵੀ ਸਾਰੇ ਪਾਸੇ ਦੇਖ ਲਓ ਵੀ ਕਿੰਨਾ ਕੁਛ ਹੈ, ਮੱਸਰ ਹੈ ਜੀ ਵਗੈਰਾ ਸਾਰਾ ਕੁਛ ਹੈ। ਅਸੀਂ ਤਾਂ ਉਹਨਾਂ ਦਾ ਲੱਖ ਅਤੇ ਕਰੋੜਾਂ ਵਾਰ ਧੰਨਵਾਦ ਕਰਦੇ ਵੀ ਸਾਡੇ ਕਲੋਨੀ ਦੀ ਉਹਨਾਂ ਨੇ ਸੁਣਵਾਈ ਕਰੀ ਆ। ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਟਾਈਲਾਂ ਵੀ ਲਵਾਵਾਂਗੇ, ਜੋ ਸਾਡਾ ਕੰਮ ਸਟਾਰਟ ਹੋਇਆ ਸਾਡਾ ਆਮ ਪਾਰਟੀ ਨੇ ਕੰਮ ਰੋਕਿਆ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।